ਪਹਿਲੇ ਦਿਨ ਤੋਂ ਹੀ ਹੈ ਕਿ ਪ੍ਰਸ਼ਾਸਨ ਨੇ ਫਤਿਹਵੀਰ ਵੇਲੇ ਵੀ ਕੁਛ ਨਹੀਂ ਕੀਤਾ ਸੀਗਾ ਅਤੇ ਹੁਣ ਵੀ ਹੈ ਜਿਹੜੀ ਨਾਕਾਮ ਹੋ ਰਹੀ ਹੈਗੀ ਬਿਲਕੁਲ। ਆ ਜਿਹੜੀ ਮਿਲਟਰੀ ਆ, ਮਿਲਟਰੀ ਦੇ ਬੰਦਿਆਂ ਨੇ ਖੁਦ ਨੇ ਕਿਹਾ ਸਾਨੂੰ, ਕਹਿੰਦੇ ਵੀਰ ਉੱਤੋਂ ਸਪੋਰਟ ਨਹੀਂ ਯਾਰ, ਇੱਕ ਆਹ ਨੱਕਾ ਤਾਂ ਅਸੀਂ ਘੰਟੇ 'ਚ ਬੰਦ ਕਰ ਦਈਏ। ਸਾਡਾ ਰਕਬਾ ਤਾਂ ਬਹੁਤ ਬਰਬਾਦ ਹੋ ਗਿਆ ਜੀ, ਸਾਡੀਆਂ ਫਸਲਾਂ ਦਾ ਸਭ ਕੁਝ ਤਬਾਹ ਹੋ ਗਈਆਂ, ਹੁਣ ਸਾਡੇ ਘਰ ਡੁੱਬਦੇ ਨੇ, ਸਾਡੇ ਬੱਚੇ ਮਰਦੇ ਨੇ, ਤਾਂ ਕਰਕੇ ਅਸੀਂ ਲੱਗ ਰਹੇ ਹਾਂ ਸਾਡੀਆਂ ਫਸਲਾਂ ਤਾਂ ਮਰ ਗਈਆਂ। ਜਿਹੜੇ ਥੈਲੇ ਇਕੱਠੇ ਹੁੰਦੇ ਨੇ ਉਹ ਸਾਰੇ ਮਿਲਟਰੀ ਤੇਰ ਕੇ ਵਾਪਸ ਆ ਜਾਂਦੇ ਨੇ। ਘੱਗਰ ਦਰਿਆ ਦੇ ਵਿੱਚ ਪਾੜ ਪਈ ਨੂੰ ਬਹੁਤ ਲੰਮਾ ਸਮਾਂ ਹੋ ਗਿਆ, ਅਜੇ ਤੱਕ ਜਿਹੜਾ ਹੈਗਾ ਬੰਨ ਨਹੀਂ ਬੰਨਿਆ ਗਿਆ। ਪ੍ਰਸ਼ਾਸਨ ਦੀ ਜਿਹੜੀ ਨਲਾਇਕੀ ਇੱਥੇ ਦੇਖਣ ਨੂੰ ਮਿਲ ਰਹੀ ਹੈ, ਬੇਸ਼ੱਕ ਪ੍ਰਸ਼ਾਸਨ ਵੱਡੇ ਵੱਡੇ ਵਾਅਦੇ ਕਰ ਰਿਹਾ, ਪਰ ਲੋਕਾਂ ਦਾ ਗੁੱਸਾ ਤੁਸੀਂ ਦੇਖ ਸਕਦੇ ਹੋ, ਲੋਕਾਂ ਦੇ ਵਿੱਚ ਗੁੱਸਾ ਜਿਹੜਾ ਫੁੱਟਣਾ ਸ਼ੁਰੂ ਹੋ ਗਿਆ, ਕਿਉਂਕਿ ਇਹਨਾਂ ਲੋਕਾਂ ਨੂੰ ਜਿਹੜੇ ਪਰਸੋਂ ਤੋਂ ਜਿਹੜੇ ਕੰਮ ਕਰਨ ਦੇ ਵਿੱਚ ਲੱਗੇ ਹੋਏ ਸੀਗੇ, ਅਸੀਂ ਦਿਖਾਉਣਾ ਚਾਹਾਂਗੇ, ਜਿਹੜੇ ਕੰਮ ਕਰਨ ਦੇ ਵਿੱਚ ਲੱਗੇ ਹੋਏ ਸੀਗੇ, ਥੈਲੇ ਵਜਣ ਆਪਣੇ ਸਿਰਾਂ ਦੇ ਉੱਪਰ ਜਿਹੜਾ ਚੁੱਕ ਰਹੇ ਸੀਗੇ, ਉਹਨਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ। ਪ੍ਰਸ਼ਾਸਨ ਦੇ ਵੱਲੋਂ ਪੱਤਰਕਾਰਾਂ ਦੇ ਜਿਹੜੇ ਕੈਮਰੇ ਨੇ ਉਹ ਵੀ ਖੋਏ ਜਾ ਰਹੇ ਨੇ। ਸਾਡੇ ਨਾਲ ਇੱਕ ਪ੍ਰੈਸ ਰਿਪੋਰਟਰ ਨੇ ਜਿਹੜੇ ਸਾਡੇ ਨਾਲ ਮੌਜੂਦ ਨੇ, ਅਸੀਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਉਣਾ ਚਾਹਾਂਗੇ ਕਿ ਉਹਨਾਂ ਤੋਂ ਜਿਹੜਾ ਕੈਮਰਾ ਉਹਨਾਂ ਦੇ ਹੱਥੋਂ ਵੀ ਖੋਇਆ ਗਿਆ। ਵੀਰ ਜੀ, ਤੁਹਾਡੇ ਤੋਂ ਜਿਹੜਾ ਕੈਮਰਾ ਤੁਸੀਂ ਕਵਰੇਜ ਕਰ ਰਹੇ ਸੀ, ਕਿਉਂ ਤੁਹਾਡੇ ਤੋਂ ਕੈਮਰਾ ਖੋਇਆ ਗਿਆ, ਕਿਸ ਨੇ ਕੈਮਰਾ ਖੋਇਆ ਤੁਹਾਡੇ ਤੋਂ? ਹਜੇ ਆਇਆ ਹੀ ਸੀਗਾ ਮੈਂ ਇੱਥੇ ਅਤੇ ਕਵਰਿੰਗ ਆਪਣੀ ਕਰਨੀ ਸ਼ੁਰੂ ਕੀਤੀ ਸੀਗੀ, ਜਿਹੜੀਆਂ ਦਿੱਕਤਾਂ ਦੱਸਣੀਆਂ ਨੇਗੀਆਂ, ਪਰ ਦੇਖਣ ਨੂੰ ਇਹ ਮਿਲਿਆ ਕਿ ਫੌਜ ਨੇ ਵੀ ਇੱਥੇ ਇੱਕੋ ਦਮ ਆ ਕੇ ਕੈਮਰੇ ਜਿਹੜੇ ਖੋਣੇ ਸ਼ੁਰੂ ਕਰ ਦਿੱਤੇ। ਮੈਨੂੰ ਨਹੀਂ ਪਤਾ ਰੀਜ਼ਨ ਕੀ ਸੀਗਾ, ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਆਪਣੀ ਕਵਰੇਜ ਕਰ ਰਿਹਾ ਹਾਂ ਪਿੱਛੇ, ਪਰ ਉਹਨਾਂ ਨੇ ਧੱਕਾ ਕੀਤਾ ਅਤੇ ਸਹੀ 15 ਮਿੰਟਾਂ ਦੇ ਬਾਅਦ ਉਹਨਾਂ ਨੇ ਮੈਨੂੰ ਜਿਹੜਾ ਕੈਮਰਾ ਵਾਪਸ ਕੀਤਾ। ਮੈਂ ਕਿਹਾ ਕਿ ਚੈਨਲ ਪ੍ਰੋਪਰਟੀ ਹੈ, ਤੁਸੀਂ ਵਾਪਸ ਕਰੋ, ਪਰ ਕਿਤੇ ਨਾ ਕਿਤੇ ਧੱਕਾ ਦੇਖਣ ਨੂੰ ਮਿਲ ਰਿਹਾ। ਕਾਰਨ ਕੀ ਹੈ ਪਤਾ ਨਹੀਂ ਚੱਲ ਰਿਹਾ, ਜੇ ਇਹਨਾਂ ਤੋਂ ਕੰਮ ਨਹੀਂ ਹੋ ਰਿਹਾ, ਇਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਅੱਗੇ ਰਿਪੋਰਟ ਕਰਨਗੇ, ਅਸੀਂ ਨਹੀਂ ਕੰਟਰੋਲ ਕਰ ਪਾ ਰਹੇ, ਪਰ ਇਸਦਾ ਮਤਲਬ ਇਹ ਤਾਂ ਨਹੀਂ ਕਿ ਮੀਡੀਆ ਦਾ ਧੱਕਾ ਹੋਵੇ। ਜਿਹੜੇ ਲੋਕ ਨੇ, ਲੋਕਾਂ ਦੇ ਵਿੱਚ ਗੁੱਸਾ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ, ਲੋਕ ਕੀ ਕਹਿ ਰਹੇ ਨੇ? ਲੋਕਾਂ ਦੇ ਵਿੱਚ ਤਾਂ ਗੁੱਸਾ ਇਸ ਤਰੀਕੇ ਦੇ ਨਾ ਜੀ, ਲੋਕਾਂ ਦੇ ਹੁਣ ਜਿਹੜਾ ਪਾਣੀ ਆ ਘਰਾਂ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ, ਹੁਣ ਜਦ ਪਾਣੀ ਘਰਾਂ ਦੇ ਵਿੱਚ ਪੈਣਾ ਸ਼ੁਰੂ ਹੋ ਚੁੱਕਿਆ ਹੈਗਾ, ਤਾਂ ਦੇਖ ਸਕਦੇ ਹਾਂ ਕਿ ਲੋਕਾਂ ਨੂੰ ਤਾਂ ਗੁੱਸਾ ਆਏਗਾ। ਕਿਤੇ ਨਾ ਕਿਤੇ ਜਿਹੜੀ ਬੁਖਲਾਟ ਜਿਹੜੀ ਪ੍ਰਸ਼ਾਸਨ ਦੀ ਤੁਸੀਂ ਨਜ਼ਰ ਆ ਰਹੀ ਹੈ, ਕਿਉਂਕਿ ਕੈਮਰੇ ਖੋਣੇ, ਮੀਡੀਆ ਨੂੰ ਸੱਚਾਈ ਦਿਖਾਉਣ ਤੋਂ ਰੋਕਣਾ, ਇਹ ਬਿਲਕੁਲ ਹੈ ਜੀ, ਇਹ ਤਾਂ ਬੁਖਲਾਹਟ ਹੁਣ ਇਹਨਾਂ ਦੀ ਦੇਖਣ ਨੂੰ ਮਿਲ ਹੀ ਰਹੀ ਹੈ। ਪਹਿਲੇ ਦਿਨ ਤੋਂ ਹੀ ਹੈ ਕਿ ਪ੍ਰਸ਼ਾਸਨ ਨੇ ਫਤਿਹਵੀਰ ਵੇਲੇ ਵੀ ਕੁਛ ਨਹੀਂ ਕੀਤਾ ਸੀਗਾ ਅਤੇ ਹੁਣ ਵੀ ਹੈ ਜਿਹੜੀ ਨਾਕਾਮ ਹੋ ਰਹੀ ਹੈਗੀ ਬਿਲਕੁਲ, ਅਤੇ ਉੱਥੇ ਦੇਖਣ ਨੂੰ ਇਹ ਸਾਫ਼ ਮਿਲ ਰਿਹਾ ਹੈਗਾ ਕਿ ਜੇ ਇਹਨਾਂ ਤੋਂ ਕੁਛ ਨਹੀਂ ਹੋ ਰਿਹਾ ਤਾਂ ਮੀਡੀਆ ਨਾਲ ਧੱਕਾ ਕਰੇ। ਬਿਲਕੁਲ ਬਿਲਕੁਲ, ਤੁਸੀਂ ਜਿਹੜਾ ਹੈਗਾ ਬਿਲਕੁਲ ਦੇਖਿਆ ਕਿ ਇਹ ਜਿਹੜੇ ਪ੍ਰੈਸ ਰਿਪੋਰਟਰ ਵੀਰ ਇੱਥੇ ਕਵਰੇਜ ਕਰਨ ਦੇ ਲਈ ਪਹੁੰਚੇ ਸੀਗੇ, ਜਿਹੜੀਆਂ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਹ ਸਮੱਸਿਆਵਾਂ ਉਜਾਗਰ ਕਰਨ ਦੇ ਲਈ ਆਏ ਸੀ, ਕਿਉਂਕਿ ਪ੍ਰਸ਼ਾਸਨ ਜਿਹੜਾ ਇੱਥੇ ਕੁਛ ਨਹੀਂ ਕਰ ਰਿਹਾ ਕਿ ਇੰਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਜਦੋਂ 25 ਫੁੱਟ ਦਾ ਜਿਹੜਾ ਪਾੜ ਸੀਗਾ ਉਸ ਨੂੰ ਕਵਰ ਨਹੀਂ ਕਰ ਸਕੇ, ਹੁਣ 200 ਤੋਂ ਜਿਹੜਾ ਵੱਧ ਕੇ ਜਿਹੜਾ ਪਾੜ ਪੈ ਗਿਆ ਉਸ ਨੂੰ ਕਿੱਥੋਂ ਕਵਰ ਕਰ ਲਏਗਾ? ਆਮ ਲੋਕਾਂ ਦਾ ਕਹਿਣਾ ਕਿ ਅਸੀਂ ਜਿਹੜਾ ਲੱਗੇ ਹੋਏ ਸੀ ਹੁਣ ਸਾਨੂੰ ਵੀ ਜਿਹੜਾ ਕੰਮ ਕਰਨ ਤੋਂ ਰੋਕਿਆ ਜਾ ਰਿਹਾ, ਕਿਉਂਕਿ ਨੁਕਸਾਨ ਇਹਨਾਂ ਦਾ, ਇਹਨਾਂ ਦੇ ਦਿਲ ਦੇ ਵਿੱਚ ਕੀ ਜਿਹੜਾ ਦਰਦ ਹੈਗਾ ਅਸੀਂ ਉਹ ਵੀ ਸੁਣਾਵਾਂਗੇ। ਹਾਂਜੀ ਵੀਰ ਜੀ, ਕੀ ਕਹਿਣਾ ਚਾਹੁੰਦੇ ਹੋ? ਬਾਈ ਪਤਾ ਕੀ ਆ, ਸਾਡੇ 3-4 ਦੇ ਚੌਥਾ ਦਿਨ ਹੋ ਗਿਆ ਅੱਜ, ਇਹ ਨੱਕਾਂ ਨੇ ਬੰਦ ਹੋਣ ਦੀ ਬਜਾਏ ਸਾਡੇ ਬੰਦਿਆਂ ਦਾ ਪਿੱਛੇ ਰੱਖ ਰਹੇ ਨੇ। ਅਸੀਂ ਪਹਿਲਾਂ ਕਿੱਲਾਂ ਦੇ ਨੱਕੇ ਸੀਗੇ ਜਿਹੜੇ ਉਹ ਬੰਦ ਕਰ ਸਕਦੇ ਹਾਂ, ਇਹ ਤਾਂ ਕੁਛ ਵੀ ਨਹੀਂ, ਨੱਕਾ ਇਹ ਬਹੁਤ ਛੋਟਾ ਹੈ, ਆਏ ਸਾਲ ਅਸੀਂ ਕਰਦੇ ਹਾਂ ਵੀਰੇ ਬੰਦ, ਠੀਕ ਹੈ। ਆਹ ਜਿਹੜੀ ਮਿਲਟਰੀ ਆ, ਮਿਲਟਰੀ ਦੇ ਬੰਦਿਆਂ ਨੇ ਖੁਦ ਨੇ ਕਿਹਾ ਸਾਨੂੰ, ਕਹਿੰਦੇ ਵੀਰੇ ਉੱਤੋਂ ਸਪੋਰਟ ਨਹੀਂ ਯਾਰ, ਇੱਕ ਆਹ ਨੱਕਾ ਤਾਂ ਅਸੀਂ ਘੰਟੇ 'ਚ ਬੰਦ ਕਰ ਦਈਏ, ਨਾ ਸਮਾਨ ਪਹੁੰਚ ਰਿਹਾ ਵੀਰੇ। ਹਾਂਜੀ ਬਾਈ ਜੀ, ਤੁਹਾਨੂੰ ਮੈਂ ਸੱਚਾਈ ਦੀ ਗੱਲ ਕਰਦਾ, 2 ਤੋਂ 3 ਸਾਲ ਪਹਿਲਾਂ ਉਰੇ 220 ਫੁੱਟ ਦਾ ਨੱਕਾ ਸੀਗਾ ਜਿਹੜਾ ਆਮ ਸਥਾਨਕ ਲੋਕਾਂ ਨੇ 16 ਘੰਟਿਆਂ ਦੇ ਵਿੱਚ ਬੰਦ ਕਰ ਲਿਆ ਸੀਗਾ, ਅਤੇ ਹੁਣ ਜਿਹੜੀ ਮਿਲਟਰੀ ਆ ਉਹ ਇਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੀ,
ਪਿੱਛੇ ਕਰ ਰਹੀ ਹੈ। ਸਥਾਨਕ ਲੋਕਾਂ ਨੂੰ ਜੇ ਸਾਰੀ ਸਾਰਾ ਜਿਹੜਾ ਵੀ ਕੁਛ ਵੀ ਮਟੀਰੀਅਲ ਜਿਹੜਾ ਮੁਹੱਈਆ ਹੋਣਾ ਚਾਹੀਦਾ ਜੋ ਮੁਹੱਈਆ ਕਰਨ, ਆਮ ਲੋਕ ਨੇ ਜਿਹੜੇ 10 ਘੰਟੇ ਦੇ ਅੰਦਰ ਇਸ ਨੱਕੇ ਨੂੰ ਬੰਦ ਕਰ ਸਕਦੇ ਨੇ। ਤੁਸੀਂ ਕੀ ਮੰਨਦੇ ਹੋ ਜਿਹੜੇ ਆਮ ਲੋਕ ਸੀਗੇ ਪਹਿਲਾਂ ਲੱਗੇ ਹੋਏ ਸੀਗੇ ਜਦੋਂ 5 ਫੁੱਟ ਦਾ ਪਾੜ ਪਿਆ ਸੀ, ਆਮ ਲੋਕ ਹੀ ਕਰ ਰਹੇ ਸੀ, ਉਸ ਤੋਂ ਬਾਅਦ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ? ਨੱਕਾ ਬੰਦ ਕਰਨ ਵਾਸਤੇ ਮਟੀਰੀਅਲ ਦੀ ਜ਼ਰੂਰਤ ਪੈਂਦੀ ਹੈ, ਕਿਸੇ ਜਾਲ ਦੀ ਜ਼ਰੂਰਤ ਪੈਂਦੀ ਹੈ, ਵੱਡੇ ਜਾਲ ਦੀ, ਕਿਸੇ ਛੋਟੇ ਜਾਲ ਦੀ, ਉਹ ਸਰਕਾਰ ਵੱਲੋਂ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ। ਕੋਈ ਵੀ ਮੁਲਾਜ਼ਮ ਹੈ ਜਿਹੜਾ ਉਹ ਨਹੀਂ ਸਾਥ ਦੇ ਰਿਹਾ। ਮਿਲਟਰੀ ਵੱਲੋਂ ਆਮ ਲੋਕਾਂ ਨਾਲ ਵਾਰਤਾਲਾਪ, ਕੋਈ ਸਾਂਝੇ ਤੌਰ 'ਤੇ ਵਾਰਤਾਲਾਪ ਦਿੱਤੀ ਜਾ ਰਹੀ ਆ। ਉਹ ਕਹਿੰਦੇ ਨੇ ਵੀ ਸਾਨੂੰ ਉੱਪਰੋਂ ਆਰਡਰ ਨੇ ਕਿਸੇ ਨਾ ਕਿਸੇ ਅਫਸਰ ਸ਼ਾਹੀ ਨੂੰ ਵੀ ਅਸੀਂ ਇਹਨੂੰ ਬੰਦ ਨਹੀਂ ਕਰਨਾ, ਕਿਉਂਕਿ ਜੇ ਬੰਦ ਕਰਦੇ ਨੇ ਨੱਕਾ ਤਾਂ ਜਿਹੜੇ ਹੋਰ ਕਿਸੇ ਨੁਕਸਾਨ ਹੈ ਵੀ ਜੇ ਇੱਥੋਂ ਟੁੱਟ ਗਿਆ ਕਿਸੇ ਹੋਰ ਪਾਸੇ ਟੁੱਟੂਗਾ, ਉਹ 'ਤੇ ਨੁਕਸਾਨ ਹੈ, ਤਾਂ ਕਰਕੇ ਵੀ ਜਾਂਦੇ ਨੇ। ਜੇ ਇੱਥੇ ਨੁਕਸਾਨ ਹੋ ਜਾਂਦਾ ਵੀ ਉਰੇ ਹੋ ਹੀ ਜਾਣ ਦਿਉ। ਹਮੀਰਗੜ੍ਹ, ਸਲੇਮਗੜ੍ਹ, ਉਂਦੜਪੈਣੀ, ਮੂਣਕ ਪਿੰਡਾਂ, ਭਾਠੂਆਂ ਵਿੱਚ ਪਾਣੀ ਜਾ ਚੁੱਕਿਆ ਜੀ। ਲਗਭਗ ਮੇਰੇ ਪਿੰਡ ਦੀ ਜ਼ਮੀਨ ਹੈਗੀ ਹੈ 5,000, ਜੇ ਹੋਰ ਪਿੰਡਾਂ ਦੀ ਹੈਗੀ ਹੈ 7,000 ਜ਼ਮੀਨ ਹੈ। 40,000-50,000 ਦੇ ਰਕਬਾ ਜਿਹੜਾ ਡੁੱਬ ਚੁੱਕਿਆ ਅਤੇ 30,000 ਦੇ ਡੁੱਬਣ ਦੀ ਕਗਾਰ 'ਤੇ, ਜਿਹੜਾ ਦੂਸਰੇ ਪਾਸਿਓਂ ਪਿਛਲੇ ਪਾਸਿਓਂ ਕਿਤੇ ਪਾੜ ਪਿਆ ਉੱਥੋਂ ਪਾਣੀ ਆ ਚੁੱਕਿਆ ਹੈਗਾ। ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਪਹੁੰਚਿਆ? ਕੋਈ ਉੱਚ ਅਧਿਕਾਰੀ ਪਹੁੰਚਿਆ? ਕੋਈ ਮੰਤਰੀ ਪਹੁੰਚਿਆ ਇੱਥੇ? ਕੋਈ ਨਹੀਂ ਪਹੁੰਚਦੇ। ਆਮ ਲੋਕ ਨੇ ਜਿਹੜੇ ਨਾ ਤਾਂ ਆਮ ਲੋਕ ਨੇ ਜਿਹੜੇ ਦਿਨ ਰਾਤ ਇੱਥੇ ਕਰ ਰਹੇ ਨੇ, ਇੱਥੇ ਪ੍ਰਸ਼ਾਦਾ ਛਕਦੇ ਨੇ, ਇੱਥੇ ਸਾਰਾ ਕੁਛ ਕਰਦੇ ਨੇ, ਪ੍ਰਸ਼ਾਦ ਕੁਛ ਵੀ ਨਹੀਂ। ਜਿਹੜੇ ਆਮ ਸਥਾਨਕ ਨੇ, ਕੋਈ ਹੋਰ ਸੰਸਥਾ ਹੋ ਗਈ, ਪ੍ਰੇਮੀ ਹੋ ਗਏ ਜਾਂ ਉਹਨਾਂ ਵੱਲੋਂ ਸਾਰਾ ਕੰਮ ਕੀਤਾ ਜਾ ਰਿਹਾ ਪੂਰਾ। ਬਿਲਕੁਲ ਬਿਲਕੁਲ। ਕਿਸ ਤਰ੍ਹਾਂ ਜਿਹੜੇ ਮੌਜੂਦਾ ਹਾਲਾਤਾਂ ਦੀ ਗੱਲ ਕਰ ਲਈ, ਜੋ ਮੌਜੂਦਾ ਹਾਲਾਤ ਨੇ, ਕਿੰਨਾ ਜਿਹੜਾ ਪਾੜ ਹੈਗਾ ਗਹਿਰਾਈ, ਹੁਣ ਉਹਦੀ ਜਿਹੜੀ ਕਿੰਨੀ ਹੋ ਗਈ ਹੈ ਲੈਂਥ ਵੱਧ ਕੇ, ਕਿੰਨਾ ਜਿਹੜਾ ਰਕਬਾ ਹੈ ਜਿਹੜਾ ਤੁਹਾਡਾ ਖਰਾਬ ਹੋ ਰਿਹਾ ਹੈਗਾ? ਸਾਡਾ ਰਕਬਾ ਤਾਂ ਬਹੁਤ ਬਰਬਾਦ ਹੋ ਗਿਆ ਜੀ, ਸਾਡੀਆਂ ਫਸਲਾਂ ਦਾ ਸਭ ਕੁਛ ਤਬਾਹ ਹੋ ਗਈਆਂ, ਹੁਣ ਸਾਡੇ ਘਰ ਡੁੱਬਦੇ ਨੇ, ਸਾਡੇ ਬੱਚੇ ਮਰਦੇ ਨੇ, ਤਾਂ ਕਰਕੇ ਅਸੀਂ ਲੱਗ ਰਹੇ ਹਾਂ ਸਾਡੀਆਂ ਫਸਲਾਂ ਤਾਂ ਮਰ ਗਈਆਂ ਸਾਰੀਆਂ। ਪ੍ਰਸ਼ਾਸਨ ਬਹੁਤ ਜ਼ਿਆਦਾ ਢਿੱਲ ਦੇ ਰਿਹਾ, ਜਦੋਂ ਅਸੀਂ ਨੱਕਾ ਬੰਦ ਕਰਨ ਦੇ ਕਰੀਬ ਜਾਂਦੇ ਹਾਂ ਸਾਨੂੰ ਪਿੱਛੇ ਹਟਾਇਆ ਜਾਂਦਾ, ਮਿਲਟਰੀ ਨੂੰ ਮੂਹਰੇ ਲੱਗਿਆ ਜਾਂਦਾ, ਜਿਹੜੇ ਥੈਲੇ ਇਕੱਠੇ ਹੁੰਦੇ ਨੇ ਉਹ ਸਾਰੇ ਮਿਲਟਰੀ ਤੇਰ ਕੇ ਵਾਪਸ ਆ ਜਾਂਦੇ। ਇਹ ਜ਼ਿਆਦਾ ਚਲਾਕੀ ਚੱਲ ਰਹੀ ਹੈ ਜੀ। ਉਹੀ ਮਿਲਟਰੀ ਦੇ ਬੰਦਿਆਂ ਨੇ ਸਾਨੂੰ ਪਰਸੋਂ ਬਿਆਨ ਦਿੱਤਾ ਸੀ ਜਦੋਂ ਮਿਲਟਰੀ ਆਈ ਹੈ ਵੀ ਅਸੀਂ ਇਹ ਨੱਕਾ 2 ਘੰਟਿਆਂ 'ਚ ਬੰਦ ਕਰ ਸਕਦੇ ਹਾਂ, ਸਾਡੇ ਲਵੇ ਇਹੋ ਜਿਹੀ ਟੈਕਨੋਲੋਜੀ ਹੈਗੀ ਹੈ, ਪਰ ਗੌਰਮੈਂਟ ਸਾਨੂੰ ਸਾਥ ਨਹੀਂ ਦੇ ਰਹੀ। ਕਾਰਨ ਕੀ ਇਸਦਾ? ਕਾਰਨ ਇਹ ਹੈ ਜੀ, ਇਹ ਪੈਸੇ ਬਣਾਉਣ ਦਾ ਢੰਗ ਹੈ ਸਾਰਾ। ਜਿਹੜੇ ਮੰਤਰੀ ਪਟਵਾਰੀ ਸਾਰੇ ਨੇ ਇਹਨਾਂ ਨੂੰ ਖਾਣ ਨੂੰ ਫੇਰੇ ਮਿਲੂਗਾ ਜੇ ਅਸੀਂ ਮਰਾਂਗੇ, ਇਹਨਾਂ ਨੂੰ ਕੀ ਮਿਲੂਗਾ? ਜੇ ਸਿੱਧਾ ਟੈਕਨੋਲੋਜੀ ਵਾਲਾ ਸਿਸਟਮ ਆ ਗਿਆ ਅਸੀਂ ਮਰਨੇ ਨਹੀਂ ਹੈਗੇ, ਫਿਰ ਇਹਨਾਂ ਨੂੰ ਖਾਣ ਨੂੰ ਕੌਣ ਦਊਗਾ? 3 ਦਿਨ ਬੀਤ ਚੁੱਕੇ ਨੇ, ਹਜੇ ਤੱਕ ਜਿਹੜਾ ਹੈਗਾ ਬੰਨ ਨਹੀਂ ਬੰਨਿਆ ਗਿਆ। ਪਾਣੀ ਹੈ ਜਿਹੜਾ, ਅਸੀਂ ਹੁਣ ਰੋਡ ਦੇ ਉੱਪਰ ਦੀ ਮੂਣਕ ਜਿਹੜਾ ਪਾਤਲ ਤੋਂ ਮੇਨ ਰੋਡ ਆਉਂਦਾ ਕਿਨਾਰੇ ਤੱਕ ਜਿਹੜਾ ਰੋਡ ਤੱਕ ਪਾਣੀ ਲੱਗ ਗਿਆ। ਜੇਕਰ ਇਸੇ ਤਰ੍ਹਾਂ ਸਥਿਤੀ ਰਹੀ, ਕੀ ਲੱਗਦਾ ਤੁਹਾਨੂੰ ਕਿੰਨਾ ਵੱਡਾ ਨੁਕਸਾਨ ਹੋਣ ਵਾਲਾ? ਵੱਡਾ ਬਹੁਤ ਨੁਕਸਾਨ ਹੋਊਗਾ। ਇੱਕ ਗੱਲ ਤਾਂ ਹੈਗੀ, ਅੱਜ ਸ਼ਾਮ ਤੋਂ ਬਾਅਦ ਅਸੀਂ ਸਾਰੇ ਆਪਦੇ ਘਰੇ ਨਹੀਂ ਪਹੁੰਚ ਸਕਾਂਗੇ, ਸਾਰੇ ਘਰ ਵੀ ਡਿੱਗਣਗੇ ਸਾਡੇ। ਅਸੀਂ ਇੱਥੇ ਜੇ ਅਸੀਂ ਇੱਥੇ ਨੱਕਾ ਬੰਦ ਕਰ ਲਿਆ ਤਾਂ ਹੀ ਸਾਡੇ ਘਰ ਬਚਣਗੇ, ਸਾਡੇ ਪਿੰਡ ਬਚਣਗੇ। ਡੰਗਰ ਪਸ਼ੂਆਂ ਦੀ ਗੱਲ ਕਰ ਲਈਏ, ਸਕੂਲੀ ਬੱਚਿਆਂ ਦੀ ਗੱਲ ਕਰ ਲਈਏ, ਕਿੰਨਾ ਕੁ ਨੁਕਸਾਨ ਹੋ ਰਿਹਾ? ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਨੁਕਸਾਨ ਹੋ ਰਿਹਾ ਜੀ। ਪ੍ਰਸ਼ਾਸਨ ਬਹੁਤ ਢਿੱਲ ਦੇ ਰਿਹਾ। ਅਸੀਂ ਕੱਲ੍ਹ ਸਵੇਰੇ ਤੋਂ ਲੱਗੇ ਸੀ ਨੱਕੇ 'ਚ, ਬੜੇ ਸੀ, ਅੱਜ ਵੀ ਬੜੇ ਹਾਂ। ਕੱਲ੍ਹ ਸ਼ਾਮ 5 ਵਜੇ ਭੁੱਖੇ ਲਿਕਣਿਆ, ਪ੍ਰਸ਼ਾਸਨ ਵੱਲੋਂ ਸਾਡੇ ਕੋਲ ਲੰਗਰ ਤੱਕ ਨਹੀਂ ਪਹੁੰਚਿਆ। ਇਸਦਾ ਜ਼ਿੰਮੇਵਾਰ ਕਿਸ ਨੂੰ? ਸਿੱਧੇ ਤੌਰ 'ਤੇ ਜੇ ਗੱਲ ਕਰ ਲਈਏ, ਇਸਦਾ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ? ਅਸੀਂ ਜਾਣਦੇ ਨਹੀਂ ਵੀ ਅਫਸਰ ਕਿਹੜਾ ਹੁੰਦਾ, ਕਿਹੜਾ ਜ਼ਿੰਮੇਵਾਰ ਹੈ। ਜੇ ਪਤਾ ਹੁੰਦਾ ਇਹ ਸਰਕਾਰ ਜ਼ਿੰਮੇਵਾਰ ਹੈ ਜੀ, ਸਰਕਾਰ ਸਾਥ ਨਹੀਂ ਦੇ ਰਹੀ ਸਾਡਾ, ਸਾਰੀ ਅਥਾਰਟੀ। ਸੋ ਬਿਲਕੁਲ ਬਿਲਕੁਲ, ਤੁਸੀਂ ਦੇਖਿਆ ਜੋ ਲੋਕਾਂ ਦੇ ਵਿੱਚ ਗੁੱਸਾ ਜਿਹੜਾ ਤੁਸੀਂ ਦੇਖ ਰਹੇ ਹੋ, ਸਿੱਧੇ ਤੌਰ 'ਤੇ ਇਹਨਾਂ ਦਾ ਕਹਿਣਾ ਕਿ ਅਸੀਂ ਜ਼ਿੰਮੇਵਾਰ ਇਸ ਸਾਰੇ ਦੇ ਨੁਕਸਾਨ ਦਾ ਜਿਹੜਾ ਜ਼ਿੰਮੇਵਾਰ ਹੈ ਸਰਕਾਰ ਨੂੰ ਮੰਨਦੇ ਹਾਂ, ਕਿਉਂਕਿ ਸਰਕਾਰ ਦੀ ਵੱਡੀ ਨਲਾਇਕੀ ਇੱਥੇ ਦੇਖਣ ਨੂੰ ਮਿਲ ਰਹੀ ਹੈ। ਮਿਲਟਰੀ ਦੀ ਗੱਲ ਕਰ ਲਈਏ, ਮਿਲਟਰੀ ਇਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੀ, ਜਦਕਿ ਪਿਛਲੇ  3 ਦਿਨਾਂ ਤੋਂ ਜਿਹੜੇ ਲੋਕ ਸੀਗੇ ਉਹ ਬੰਨ ਨੂੰ ਬੰਨਣ ਦੇ ਵਿੱਚ ਲੱਗੇ ਹੋਏ ਸੀਗੇ, ਕਿਉਂਕਿ ਨੁਕਸਾਨ ਇਹਨਾਂ ਕਿਸਾਨ ਵੀਰਾਂ ਦਾ, ਫਸਲਾਂ ਇਹਨਾਂ ਦੀਆਂ ਡੁੱਬੀਆਂ ਨੇ, ਕਿਸੇ ਦਾ ਕੁਛ ਨਹੀਂ ਗਿਆ। ਇਹਨਾਂ ਨੇ ਜਿਹੜੇ ਇਲਜ਼ਾਮ ਨੇ ਉਹ ਵੀ ਪ੍ਰਸ਼ਾਸਨ ਦੇ ਉੱਤੇ ਲਾਏ ਨੇ।
ਪਰ ਹੁਣ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਜਿਹੜੇ ਇਹਨਾਂ ਦੀਆਂ ਫਸਲਾਂ ਦਾ ਨੁਕਸਾਨ ਤਾਂ ਹੋ ਹੀ ਗਿਆ ਕਿ ਹੁਣ ਆਪਣੇ ਬੱਚਿਆਂ ਨੂੰ ਆਪਣੇ ਪਸ਼ੂਆਂ ਨੂੰ ਆਪਣੇ ਘਰਾਂ ਨੂੰ ਇਹ ਲੋਕ ਬਚਾ ਪਾਉਣਗੇ? ਸਰਕਾਰਾਂ ਤੋਂ ਇਹਨਾਂ ਨੂੰ ਕੋਈ ਉਮੀਦ ਨਹੀਂ, ਪ੍ਰਸ਼ਾਸਨ ਤੋਂ ਇਹਨਾਂ ਨੂੰ ਕੋਈ ਉਮੀਦ ਨਹੀਂ, ਇਹ ਦੇਖਣ ਵਾਲੀ ਇੱਕ ਗੱਲ ਹੋਵੇਗੀ। ਪੰਜਾਬੀ ਲੋਕ ਚੈਨਲ ਲਈ ਸੰਜੀਵ ਗੋਇਲ।